ਅਸਲਾਮ ਵਾਲੇਕੁਮ ਜੀ, ਮਾਹਰ ਸਾਹਿਬ ਰਿਆਸਤ ਮਾਹਰ ਸਾਹਿਬ ਨੂੰ ਸਾਡੇ ਨਾਲ, ਅਤੇ ਉਹ ਆਈ ਤੁਹਾਨੂੰ ਅੰਬ ਦੇ ਬਾਰੇ ਵਿੱਚ ਮਾਲੂਮਾਤ ਦੇਣ ਲੱਗੇ ਜੀ। ਜੀ ਸਰ, ਜਿਹੜਾ ਅੰਬ ਹੈ ਨਾ ਜੀ, ਅੰਬ ਦਾ ਪੌਦਾ ਜਿਹੜਾ ਫਲ ਨਹੀਂ ਲੈਂਦਾ ਜੀ ਜੀ, ਅਤੇ ਉਹਨੂੰ ਜਨਾਬ ਖੂਨ ਪਾਉਣਾ ਚਾਹੀਦਾ। ਅੱਛਾ ਜੀ, ਬੱਕਰੇ ਦਾ ਕਿਸੇ ਜਾਨਵਰ ਦਾ ਵੀ ਹੋਵੇ ਕੁਰਬਾਨੀ ਦਾ ਜੀ, ਫਿਰ ਫਲ ਲੈਣਾ ਸ਼ੁਰੂ ਕਰ ਦੇਗਾ। ਅੱਛਾ, ਫਿਰ ਵੀ ਨਾ ਲਵੇ ਤਾਂ ਫਿਰ ਇਹਨੂੰ ਨਮਕ ਦੇਣਾ ਚਾਹੀਦਾ, ਨਮਕ। ਅੱਛਾ ਅੱਛਾ ਜੀ, ਹਾਂ ਅਗਰ ਫਲ ਇਨਸ਼ਾਅੱਲਾ ਲੈਣਾ ਸ਼ੁਰੂ ਕਰ ਦੇਗਾ। ਅੱਛਾ ਅੱਛਾ ਜੀ, ਠੀਕ ਹੈ। ਅੰਬ ਦੀ ਇਹ ਵਜੂਆਤ। ਅੱਛਾ, ਸਾਲ ਵਿੱਚ ਕਿੰਨੇ ਫਲ ਲੈਂਦਾ ਹੈ? ਸਾਲ ਵਿੱਚ ਇੱਕ ਦਫ਼ਾ ਹੀ ਲੈਂਦਾ। ਅੱਛਾ ਹਾਂਜੀ। ਅੱਛਾ ਅੱਛਾ ਜੀ, ਹੋਰ ਇਸ ਦੇ ਬਾਰੇ, ਇਸ ਤੋਂ ਕੋ ਅੰਬ ਦੇ ਮੁਤਲਕ ਕੋਈ ਗੱਲ ਬਾਤ ਦੱਸੋ ਨਾ ਕੋਈ। ਬਸ ਅੰਬ ਦੇ ਮੁਤਲਕ ਇਹ ਗੱਲ ਹੈ, ਅੰਬ ਦੀਆਂ ਕਿਤਨੀਆਂ ਕਿਸਮਾਂ ਨੇ? ਇਹਨਾਂ ਦੀਆਂ ਕਾਫੀ ਕਿਸਮਾਂ ਨੇ ਜੀ। ਅੱਛਾ, ਚੌਂਸਾ, ਕੋਈ ਲੰਗੜਾ, ਕੋਈ ਸਿੰਡਗਿਲ, ਕੋਈ ਇਹ ਕਿਹੜਾ ਇਹ ਅਚਾਰ ਵਾਲਾ ਜੀ? ਇਹ ਅਚਾਰ ਵਾਲਾ ਜੀ ਜੀ, ਅਚਾਰ ਵਾਲਾ ਉੱਤੇ ਪੱਕੇ ਤੇ ਫਿਰ ਦੂਜਿਆਂ ਨੂੰ ਵੀ ਕੱਟ ਜਾਂਦਾ। ਅੱਛਾ ਅੱਛਾ, ਹਾਂ ਉੱਤੇ ਫਲ ਪੱਕੇ ਨਾ ਜੀ ਜੀ ਜੀ, ਤੇ ਦੂਸਰੇ ਨੂੰ ਵੀ ਇਹ ਕੱਟ ਜਾਂਦਾ, ਦੂਜਿਆਂ ਨਾਲ ਮਿੱਠਾ ਹੋ ਜਾਂਦਾ ਜੀ, ਮਿੱਠਾ ਹੋ ਜਾਂਦਾ। ਅੱਛਾ, ਮਿਠਾਸ ਤੇ ਬੜੀ ਅਚਾਰ ਇਹਦਾ ਬੜਾ ਬਿਹਤਰੀਨ ਹੁੰਦਾ। ਅੱਛਾ ਜੀ, ਚਲੋ ਜੀ ਜੀ, ਇਸ ਮੌਸਮ ਵਿੱਚ ਦੇਸੀ ਮਹੀਨਾ ਜਾ ਰਿਹਾ, ਭੱਦਰ 'ਚ ਬਾਜਰਾ ਗੱਡੀਏ ਨਾ, ਥੱਲੇ ਇੱਕ ਗੁੱਥੀ ਖਾਦ ਦੀ ਪਾ ਲਓ, ਇੱਕ ਗੁੱਥੀ ਉੱਤੇ ਪਾਓ ਤਾਂ ਬੜਾ ਬਿਹਤਰੀਨ ਬਾਜਰਾ ਹੋ ਜਾਂਦਾ। ਕਿਹੜੀ? ਡੀ ਐ ਪੀ ਪਾ ਲਓ। ਅੱਛਾ, ਅਤੇ ਉੱਤੇ ਯੂਰੀਆ। ਅੱਛਾ ਅੱਛਾ ਜੀ, ਹਾਂ ਤਾਂ ਸਾ 15 ਦਿਨਾਂ ਦੇ ਵਿੱਚ ਤੁਹਾਡੇ ਪੱਠੇ ਰਲ ਜਾਂਦੇ ਨੇ। ਅੱਛਾ ਜੀ, ਹਾਂ ਬਾਜਰਾ ਦੇਸੀ ਅੱਛਾ ਹੁੰਦਾ। ਅੱਛਾ, ਹਾਈਬ੍ਰਿਡ ਨਾਲ ਦੇਸੀ ਅੱਛਾ ਬਾਜਰਾ? ਬਿਲਕੁਲ, ਹਾਈਬ੍ਰਿਡ ਨਾਲ ਮਾਲ ਅੱਛਾ ਖਾਂਦਾ। ਅੱਛਾ, ਹਾਈਬ੍ਰਿਡ ਮਾਲ ਨਹੀਂ ਖਾਂਦਾ ਜੀ। ਠੀਕ ਹੈ ਜੀ, ਠੀਕ।